ਅਗਰ ਇਹ ਕਿਹਾ ਜਾਵੇ ਕਿ ਇਸ ਤੋਂ ਦਰਦਨਾਕ ਘਟਨਾ ਕੋਈ ਨਹੀਂ ਹੋ ਸਕਦੀ, ਤਿੰਨ ਭੈਣਾਂ ਦਾ ਪਰਿਵਾਰ ਸੀ ਔਰ ਪਰਿਵਾਰਾਂ ਦੇ ਵਿੱਚ ਸਿਰਫ ਇੱਕ ਇੱਕ ਬੱਚਾ ਬਚਾ ਔਰ ਪਰਿਵਾਰ ਜਿਹੜੇ ਨੇ ਬਿਲਕੁਲ ਖਤਮ ਹੋ ਗਏ ਨੇ ਔਰ ਪਰਿਵਾਰਾਂ ਦੇ ਵਿੱਚ ਗੱਲਬਾਤ ਕਰਨ ਲਈ ਵੀ ਕੋਈ ਨਹੀਂ ਬਚਾ ਔਰ ਜਿਵੇਂ ਤੁਸੀਂ ਵੀ ਕਿਹਾ ਕਿ ਦੋ ਮੈਂਬਰ ਹਾਲੇ ਵੀ ਲਾਪਤਾ ਨੇ ਔਰ ਵਿਸ਼ਾਖਾ ਇਹ ਇਹੋ ਜਿਹੀਆਂ ਖਬਰਾਂ ਨੇ ਜਿੱਥੇ ਕਈ ਵਾਰ ਦੁੱਖ ਪ੍ਰਗਟ ਕਰਨ ਦੇ ਲਈ ਸਾਡੇ ਸ਼ਬਦ ਖਤਮ ਹੋ ਜਾਂਦੇ ਨੇ, ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੁੱਖ ਦੇ ਵਿੱਚ ਅਸੀਂ ਲੋਕਾਂ ਦੇ ਸਾਂਝੀ ਜ਼ਰੂਰ ਬਣੀਏ। ਸਾਡੇ ਨਾਲ ਕੁਝ ਪਰਿਵਾਰਕ ਮੈਂਬਰ ਜਿਹੜੇ ਹੈ ਉਹ ਮੌਜੂਦ ਸੀ, ਹਾਲਾਂਕਿ ਕਿਉਂਕਿ ਜਿਹੜੀਆਂ ਲੜਕੀਆਂ ਨੇ ਜਿਨ੍ਹਾਂ ਦੇ ਪਿਤਾ ਦੀ ਜਿਨ੍ਹਾਂ ਦੇ ਮਾਂ ਦੀ ਡੈਥ ਹੋ ਗਈ ਹੈ, ਅੱਗੇ ਬੱਚਿਆਂ ਦੀ ਵੀ ਡੈਥ ਹੋ ਗਈ ਹੈ, ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਇੱਥੇ ਮੌਜੂਦ ਸੀ, ਹਾਲਾਂਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੇ ਹੋਰ ਜਿਹੜੇ ਬਾਕੀ ਮੈਂਬਰਸ ਨੇ ਉਹਨਾਂ ਨੂੰ ਤਸੱਲੀ ਫਿਲਹਾਲ ਦੇ ਰਹੇ ਨੇ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਫਿਲਹਾਲ ਬੇਹੋਸ਼ੀ ਦੀ ਹਾਲਤ ਦੇ ਵਿੱਚ, ਇਸ ਕਰਕੇ ਜਿਹੜੇ ਉਹਨਾਂ ਦੇ ਹਸਬੈਂਡ ਨੇ ਫਿਲਹਾਲ ਉਹਨਾਂ ਦੇ ਕੋਲ ਪਹੁੰਚੇ ਨੇ। ਸਰ ਜਿਵੇਂ ਆਪਾਂ ਕਹਿੰਦੇ ਸੀ ਕਿ ਇਸ ਤੋਂ ਦਰਦਨਾਕ ਕੁਛ ਨਹੀਂ ਹੋ ਸਕਦਾ ਕਿ ਪਰਿਵਾਰ ਹੀ ਖਤਮ ਹੋ ਗਿਆ ਔਰ 1 ਲੱਖ ਤੇ ਇੰਨੇ ਜਿਹੜੇ ਪਰਿਵਾਰਕ ਜੀਆਂ ਦੀ ਮੌਤ ਹੋ ਜਾਣੀ, ਸ਼ਬਦ ਖਤਮ ਹੋ ਜਾਂਦੇ ਕਈ ਵਾਰ। ਸੋ ਪਰਿਵਾਰ ਦੇ ਬਾਰੇ ਜੇਕਰ ਤੁਸੀਂ ਥੋੜਾ ਦੱਸ ਸਕੋ ਕੌਣ ਕੌਣ ਪਰਿਵਾਰ ਦੇ ਵਿੱਚ ਮੌਜੂਦ ਸੀ ਔਰ ਦੱਸਿਆ ਜਾ ਰਿਹਾ ਕਿ ਕੁਛ ਜਿਹੜੇ ਬੱਚੇ ਸੀ ਉਹ ਵਿਦੇਸ਼ ਚ ਗਏ। ਉਹਨਾਂ ਦੇ ਇੱਕ ਰਾਮ ਸਰੂਪ ਚੰਦ ਜੀ ਲੜਕਾ ਹੈ ਨਾ ਵੱਡਾ, ਉਹ 12ਵੇਂ ਸੀ, ਉਹ ਕੱਲ ਆ ਗਏ ਹਨ। ਔਰ ਇੱਕ ਜੋ ਪਟੋਲੀ ਮੇ ਹੈ ਵੋ ਉਨਕੀ ਤਿੰਨ ਬੱਚੇ ਥੇ, ਇੱਕ ਉਸਕੀ ਵਾਈਫ ਸੀ, ਉਹ ਸਭੀ ਵੋ ਲਾਪਤਾ ਹੈ। ਤੋ ਬਾਕੀ ਜੇ ਡੈਡ ਬੋਡੀ ਸੀ, ਦੋ ਲਾਪਤਾ ਹੈ, ਬਾਕੀ ਹਮਾਰੇ ਪਾਸ 9 ਡੈਡ ਬੋਡੀ ਸੀ ਜੋ ਅਵੇਲੇਬਲ ਹੈ। ਜਿਹੜਾ ਇੱਥੇ ਪਰਿਵਾਰ ਸੀ ਉਹ ਪਰਿਵਾਰ ਦੇ, ਕਿਉਂਕਿ ਦੱਸਿਆ ਜਾ ਰਿਹਾ ਦੋ ਭੈਣਾਂ ਜਿਹੜੀਆਂ ਦੇਲਾਂ ਸੀ ਔਰ ਇੱਕ ਪਟੋਲੀ ਚ ਸੀ, ਦੋ ਭੈਣਾਂ ਇੱਕੋ ਹੀ ਪਰਿਵਾਰ ਚ? ਹਾਂਜੀ, ਦੋਨੇ ਭੈਣਾਂ, ਦੋਨੇ ਭਰਾ ਮਤਲਬ ਦੋਨੇ ਭਰਾ ਵਿਆਹ ਹੋਏ ਤੇ ਇੱਕੋ ਪਰਿਵਾਰ ਚ ਸੀ, ਦੋ ਉਹਨਾਂ ਦੇ ਬੇਟੇ, 6 ਡੈਡ ਬੋਡੀ। ਵੇਰਵਾ ਅਗਰ ਦੇਖਿਆ ਜਾਏ ਪਰਿਵਾਰ ਦੇ ਵਿੱਚ ਕੌਣ ਬਚਿਆ ਹੈ, ਕਿਉਂਕਿ ਜਿਵੇਂ ਦੀਪਕ ਭਾਟੀਆ ਜੀ ਜੋ ਸੁਰਜੀਤ ਕੁਮਾਰ ਜੀ ਦਾ ਬੜਾ ਜੋ ਛੋਟਾ ਬੇਟਾ ਹੈ, ਉਹ ਬਚਾ ਹੈ, ਬੜੇ ਵਾਲੇ ਦੀ ਡੈਥ ਹੋਈ ਗਗਨ ਕੁਮਾਰ। ਗਗਨ ਵਿਦੇਸ਼ ਪਰਿਵਾਰ ਚੋਂ ਕੌਣ ਵਿਦੇਸ਼? ਵੋ ਜੋ ਅਭੀ ਜੋ ਉਸਕੇ ਡੈਡ ਬੋਡੀ ਨਹੀਂ ਮਿਲੀ ਹੈ, ਸਰੂਪ ਚੰਦ ਜੀ, ਉਸਕਾ ਬੜਾ ਬੇਟਾ ਵੋ ਨੰਦ ਲਾਲ, ਵੋ ਰਾਤ ਆ ਗਿਆ, ਬਹੁਤ ਅਬਾਹ। ਪਟੋਲੀਆਂ ਦੇ ਵਿੱਚ ਜਿਹੜਾ ਪਰਿਵਾਰ ਸੀ, ਕਿਉਂਕਿ ਦੱਸਿਆ ਜਾ ਰਿਹਾ ਉਹ ਵੀ ਇਹਨਾਂ ਦੀ ਸਕੀ ਭੈਣ ਸੀ, ਸੋ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਜਿਹੜੇ ਹਸਬੈਂਡ ਸੀ ਉਹ ਵਿਦੇਸ਼ ਗਏ ਹੋਏ ਸੀ, ਉਹਨਾਂ ਦੇ ਪਰਿਵਾਰ ਚ ਕੌਣ ਸੀ? ਉਹਨਾਂ ਦੇ ਮਤਲਬ ਇੱਕ ਅਮਰੀਕ ਚੰਦ ਜੀ ਜੋ ਬਾਹਰ ਗਏ ਹੋਏ ਥੇ ਨਾ ਵਿਦੇਸ਼ ਮੇ, ਉਨਕੀ ਪਤਨੀ ਥੀ ਵੋ ਜੋ ਅਭੀ ਨਾਮ ਤੈ ਜੋ ਸੁਰਿੰਦਰ ਕੌਰ ਜੀ, ਉਨਕੇ ਦੋ ਲੜਕੀਆਂ ਇੱਕ ਬੇਟਾ, ਵੋ ਸਭੀ ਖਤਮ ਹੋ ਗਏ, ਡੈਡ ਬੋਡੀ ਉਨਕੀ ਨਹੀਂ ਮਿਲੀ ਸੁਰਿੰਦਰ। ਸੋ ਜਿਵੇਂ ਅਸੀਂ ਦੇਖ ਰਹੇ ਬੜਾ ਮਤਲਬ ਇਹ ਜਿਹੜਾ ਤਸਵੀਰ ਹੈ ਆਪਣੇ ਆਪ ਦੇ ਵਿੱਚ ਹੀ ਬੜੀ ਦਰਦਨਾਕ ਹੈ। ਸਾਡੇ ਵੀ ਜਿਹੜੇ ਕਹਿ ਲਓ ਕਿ ਕਈ ਵਾਰ ਇਹੋ ਜਿਹੀ ਰਿਪੋਰਟਿੰਗ ਦੇ ਵਿੱਚ ਸਾਡੇ ਸ਼ਬਦ ਖਤਮ ਹੁੰਦੇ ਕਿ ਅਸੀਂ ਕਿਵੇਂ ਆਪਣਾ ਦੁੱਖ ਬਿਆਨ ਕਰੀਏ, ਔਰ ਜਿਵੇਂ ਅਸੀਂ ਦੇਖ ਪਾ ਰਹੇ ਤਸਵੀਰਾਂ ਚ ਵੀ ਇੱਕੋ ਹੀ ਲਾਈਨ ਦੇ ਵਿੱਚ 5 ਜਿਹੜੀਆਂ ਨੇ ਤਕਰੀਬਨ ਲਾਸ਼ਾਂ ਪਈਆਂ ਨੇ। ਸੋ ਪਿੰਡ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੈ, ਪਿੰਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਲੋਕਾਂ ਦੇ ਜਿਹੜੇ ਚਿਹਰੇ ਨੇ ਉਹਨਾਂ ਦੇ ਦੁੱਖ ਨਜ਼ਰ ਆ ਰਹੇ ਹੈ, ਪਰਿਵਾਰ ਦੇ ਕੋਲੋਂ ਹਾਲ ਜਾਣਨਾ ਤਾਂ ਲੱਗਦਾ ਕਿ ਉਹਨਾਂ ਦੇ ਚਿਹਰਿਆਂ ਤੋਂ ਦੇਖਿਆ ਜਾ ਸਕਦਾ। ਸੋ ਇਹ ਦੁੱਖ ਪਿੰਡ ਦੇ ਲੋਕ ਕਿਵੇਂ ਪ੍ਰਗਟ? ਬਹੁਤ ਜ਼ਿਆਦਾ, ਸਾਰਾ ਹੀ ਸਾਡਾ ਪੂਰਾ ਜਿਹੜਾ ਪਿੰਡ ਜੀ, ਟੋਟਲ ਜਿਹੜੇ 10 ਹੋਰ ਪਿੰਡ ਇਲਾਕੇ ਸਾਰੇ ਸ਼ੋਕ, ਪੂਰੇ ਲੋਕ ਦੇਖਣ ਵੀ ਆ ਰਹੇ, ਬਹੁਤ ਦੁਖੀ ਆ ਜੀ। ਇੱਕ ਡਰਾਈਵਰ ਵੀ ਸਾ ਮਹਾਰਾਜ ਜਹਾਂ ਪੇ ਕੁਲਵਿੰਦਰ ਸਿੰਘ ਜੋ, ਉਨਕਾ ਘਰ ਵੀ ਸਾਥੀ ਮੇ ਹੈ, ਤੋ ਸਭੀ ਸ਼ੋਕ ਮੇ ਡੁੱਬੇ ਹੋਏ। ਇਹ ਦੱਸਿਆ ਜਾ ਰਿਹਾ ਸੀ ਕਿ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਰਿਵਾਰ ਜਾ ਰਿਹਾ ਸੀ, ਸਾਰੇ ਇੱਕੋ ਹੀ ਰਿਸ਼ਤੇਦਾਰੀ ਮੇ ਕੋਈ ਸ਼ਾਦੀ ਸੀ ਉਧਰ ਮਾਹਲਪੁਰ ਸਾਈਡ ਕੋਈ ਪਿੰਡ ਪਰਤਾ ਮਹਿਰੋਵਾਲ ਸ਼ਹਿਰ ਵਹਾਂ ਜਾ ਰਹੇ ਸੀ। ਔਰ ਜਿਹੜੀ ਬੇਟੀਆਂ ਮਤਲਬ ਜੋ ਸੁਣਨ ਚ ਆਇਆ ਸੀ ਕਿ ਬੇਟੀਆਂ ਨਾਲ ਸੀ, ਉਸ ਤੋਂ ਬਾਅਦ ਗੱਡੀ ਦੀ ਅਦਲਾ ਬਦਲੀ ਹੋਈ, ਕੁਛ ਮੈਂਬਰ ਜਿਹੜੇ ਇਕੱਠੇ ਕਰ ਦਿੱਤੇ ਗਏ ਇੱਕੋ ਗੱਡੀ ਦੇ ਵਿੱਚ, ਔਰ ਜਿਹੜੀਆਂ ਬੇਟੀਆਂ ਨੇ ਉਹ ਪਿਛਲੀ ਗੱਡੀ ਸੀ? ਹਾਂਜੀ, ਉਹ ਉਹਨਾਂ ਦੇ ਨਾਲ ਜਵਾਈ ਵੀ ਸੀ, ਦੋ ਉਹਨਾਂ ਦੀਆਂ ਬੇਟੀਆਂ ਸੀਗੀਆਂ, ਔਰ ਜੋ ਜਿਨਕੀ ਡੈਥ ਹੋਈ ਆ ਦੋ ਪਰਮਿੰਦਰ ਕੌਰ ਔਰ ਆਪਣੇ ਪਰਮਜੀਤ ਕੌਰ, ਉਨਕੀ ਮਾਤਾ ਜੀ ਵੀ ਉਸੀ ਗਾੜੀ ਮੇ ਥੀ, ਲੇਕਿਨ ਉਹ ਪਿਛਲੀ ਗਾੜੀ ਮੇ ਟ੍ਰਾਂਸਫਰ ਕਰਕੇ ਨਾ ਉਹ ਗਗਨ ਲੜਕੇ ਉਸਕੋ ਬਾਹਾਂ ਬਿਠਾ ਦੀ ਗਿਆ, ਤੋ ਵੋ ਉਸਮੇ ਵੋ ਵਾਪਸ ਆ ਗਏ ਥੇ, ਜੋ ਉਨਕੀ ਬੇਟੀਆਂ ਸਹੀ ਹੈ।
ਸੋ ਵਿਸ਼ਾਖਾ ਇੱਕ ਵਾਰ ਤੁਹਾਨੂੰ ਹਾਲਾਂਕਿ ਤਸਵੀਰਾਂ ਬਹੁਤ ਦੁਖਦ ਨੇ ਕਹਿ ਸਕਦੇ ਆ, ਇਸ ਤੋਂ ਦਰਦਨਾਕ ਕੁਛ ਨਹੀਂ ਹੋ ਸਕਦਾ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਕਿਸ ਦੁੱਖ ਦੇ ਵਿੱਚ ਨੇ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ, ਕਿਉਂਕਿ ਦੇਖਣ ਚ ਹੀ ਤੁਸੀਂ ਦੇਖ ਸਕਦੇ ਹੋ ਫਿਲਹਾਲ ਜਿਹੜੀ ਉਹਨਾਂ ਦੀ ਬੇਟੀਆਂ ਨੇ ਡਾਕਟਰ ਬੁਲਾਇਆ ਗਿਆ, ਕਿਉਂਕਿ ਇਹ ਇਹ ਜਿਹੜਾ ਇੰਨਾ ਦੁੱਖ ਇੱਕਦਮ ਤੋਂ ਪਰਿਵਾਰ ਦੇ ਉੱਤੇ ਡਿੱਗਿਆ, ਬੱਚਿਆਂ ਦੇ ਉੱਤੇ ਡਿੱਗਿਆ, ਆਪਣੇ ਮਾਂ ਬਾਪ ਤੇ ਬੱਚਿਆਂ ਦੀਆਂ ਇਸ ਤਰ੍ਹਾਂ ਤਸਵੀਰਾਂ ਇਕੱਠੀਆਂ ਦੇਖਣੀਆਂ ਕਿ ਉਹ ਦੁਨੀਆਂ ਚ ਨਹੀਂ ਰਹੇ, ਇਸ ਨੂੰ ਅਜ਼ਿਊਮ ਕਰਨਾ, ਇਸ ਨੂੰ ਸੋਚਣਾ ਹੀ ਬਹੁਤ ਦਰਦਨਾਕ ਹੋ ਜਾਂਦਾ। ਲੇਕਿਨ ਜੋ ਇਸ ਵਕਤ ਆਪਣੇ ਤਨ ਮਨ ਤੇ ਹੰਡਾਰੇ ਨੇ, ਜ਼ਾਹਿਰ ਜੀ ਗੱਲ ਹੈ ਉਹਨਾਂ ਦਾ ਦੁੱਖ ਕਿੰਨਾ ਵੱਡਾ ਹੋਏਗਾ। ਔਰ ਇਸ ਵਕਤ ਅਸੀਂ ਦੇਖ ਵੀ ਪਾ ਰਹੇ ਹਾਂ ਪਰਿਵਾਰ ਦੇ ਵਿੱਚ ਹਾਲਾਂਕਿ ਕੋਈ ਹੋਰ ਜਿਹੜੇ ਮੈਂਬਰ ਨੇ ਬੱਚੇ ਵੀ ਨਹੀਂ ਨੇ, ਸਿਰਫ 20 ਸਾਲ ਦਾ ਇੱਕ ਬੇਟਾ ਜਿਹੜਾ ਹੈ ਉਹ ਪਿੱਛੇ ਬੱਚਾ ਹੈ, ਹਾਲਾਂਕਿ ਉਹ ਫਿਲਹਾਲ ਗੱਲ ਕਰਨ ਦੇ ਹਾਲਾਤ ਦੇ ਵਿੱਚ ਨਹੀਂ ਹੈ। ਔਰ ਅਗਰ ਦੇਖਿਆ ਜਾਏ, ਕਿਉਂਕਿ ਡਾਕਟਰਸ ਨੇ ਵੀ ਐਡਵਾਈਸ ਕੀਤੀ, ਫਿਲਹਾਲ ਉਹ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਕਾਫੀ ਹਾਈ ਹੋਇਆ, ਕਿਉਂਕਿ ਸ਼ੌਕਿੰਗ ਤਾਂ ਹੈ ਹੀ ਵਿਸ਼ਾਖਾ। ਇਹ ਤਸਵੀਰਾਂ ਦੇਖੋ ਆਪਣੇ ਸਾਹਮਣੇ, ਆਪਣੀ ਮੌਤ ਦਾ ਮੰਜ਼ਰ ਵੀ ਦੇਖਣਾ ਔਰ ਪਰਿਵਾਰਕ ਮੈਂਬਰਾਂ ਨੂੰ ਮਰਦੇ ਹੋਏ ਦੇਖਣਾ, ਜ਼ਾਹਿਰ ਜੀ ਗੱਲ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ। ਅਸੀਂ ਵੀ ਇੱਥੇ ਇਸ ਵਕਤ ਖੜੇ ਹਾਂ ਔਰ ਜ਼ਿਆਦਾ ਨਹੀਂ, ਬੇਸ਼ੱਕ ਅਸੀਂ ਉਹਨਾਂ ਦਾ ਦੁੱਖ ਜਿਹੜਾ ਹੈ ਉਹ ਹੰਢਾ ਨਹੀਂ ਸਕਦੇ, ਲੇਕਿਨ ਮਹਿਸੂਸ ਜ਼ਰੂਰ ਕਰ ਸਕਦੇ ਹਾਂ ਕਿ ਅਜਿਹੇ ਦੁੱਖ ਦੀ ਘੜੀ ਦੇ ਵਿੱਚ, ਅਜਿਹੇ ਸਮੇਂ ਦੇ ਉੱਤੇ ਕਿਸੇ ਤੇ ਕੀ ਬੀਤ ਸਕਦੇ ਆ। ਜੇਕਰ ਆਪਣੇ ਪਰਿਵਾਰ ਦੇ, ਆਪਣੇ ਮਾਂ ਬਾਪ ਜਿਨ੍ਹਾਂ ਨੇ ਦੁਨੀਆਂ ਦਿਖਾਈ ਹੈ, ਜਿਨ੍ਹਾਂ ਨੇ ਇਹ ਸੰਸਾਰ ਦਿਖਾਇਆ, ਔਰ ਉਹ ਬੱਚੇ ਜਿਨ੍ਹਾਂ ਨੂੰ ਤੁਸੀਂ ਸੰਸਾਰ ਦਿਖਾਇਆ, ਉਹ ਇਸ ਦੁਨੀਆਂ ਤੋਂ ਰੁਖਸਤ ਤੁਹਾਡੇ ਸਾਹਮਣੇ ਕਰ ਜਾਣ, ਤਾਂ ਜ਼ਾਹਿਰ ਜੀ ਗੱਲ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਵੱਡਾ ਦਰਦ ਜਾਂ ਦੁੱਖ ਕੋਈ ਹੋ ਸਕਦਾ ਹੈ। ਲੇਕਿਨ ਇਹ ਤਸਵੀਰਾਂ ਕੱਲਾ ਪਿੰਡ ਵਾਸਤੇ ਨਹੀਂ, ਕੱਲਾ ਸਾਡੇ ਵਾਸਤੇ ਨਹੀਂ, ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਤਸਵੀਰਾਂ ਦੇਖੀਆਂ ਨੇ, ਜਿਨ੍ਹਾਂ ਨੇ ਉਹ ਮੰਜ਼ਰ ਦੇਖਿਆ ਕਿਸ ਤਰੀਕੇ ਜੇਜੋਂ ਦੀ ਖੱਡ ਦੇ ਵਿੱਚ ਜਿਹੜੀ ਨੋਵਾ ਗੱਡੀ ਹੈ ਉਹ ਪਾਣੀ ਦੀ ਚਪੇਟ ਦੇ ਵਿੱਚ ਆਈ। ਹਾਲਾਂਕਿ ਤਸਵੀਰਾਂ ਜਾਂ ਕਹਿ ਲਓ ਇਸ ਕਹਾਣੀ ਦੇ ਪਿੱਛੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਰੋਕਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਅੱਗੇ ਨਾ ਵਧੋ, ਉੱਥੇ ਕੁਝ ਲੋਕ ਮੌਜੂਦ ਸੀ, ਲੇਕਿਨ ਸ਼ਾਇਦ ਜਿਵੇਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਹਾਵਤਾਂ ਵਿੱਚ ਵੀ ਕਿ ਜ਼ਿੰਦਗੀ ਜਿੰਨੀ ਹੈ ਅਸੀਂ ਉਨੀ ਜੂਣੀ ਹੈ, ਔਰ ਇੱਕ ਬੱਚਾ ਜਿਹੜਾ ਬੱਚਾ ਗੁਰਬਾਣੀ ਚ ਵੀ ਲਿਖਿਆ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਜੇਕਰ ਜ਼ਿੰਦਗੀ ਵਧੀ ਹੈ, ਜੇਕਰ ਉਮਰ ਵਧੀ ਹੈ ਤਾਂ ਕੋਈ ਨਾ ਕੋਈ ਹੀਲਾ ਵਸੀਲਾ ਜ਼ਿੰਦਗੀ ਵਧਣ ਦਾ ਬਣ ਜਾਂਦਾ ਹੈ, ਔਰ ਜਦੋਂ ਜ਼ਿੰਦਗੀ ਨੇ ਖਤਮ ਹੋਣਾ ਹੁੰਦਾ ਤਾਂ ਕੋਈ ਨਾ ਕੋਈ ਤਰੀਕਾ ਸਲੀਕਾ ਇਹੋ ਜਿਹਾ ਬਣ ਜਾਂਦਾ ਹੈ, ਕਹਿ ਲਓ ਇਹੋ ਜਿਹਾ ਸਮਾਂ ਆਉਂਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਿੰਦਗੀ ਜਿਹੜੀ ਹੈ ਖਤਮ ਹੋ ਜਾਂਦੀ ਹੈ। ਸੋ ਇਸੇ ਤਰੀਕੇ ਇਹ ਦਰਦਨਾਕ ਮੌਤ ਜਿਹੜੀ ਹੈ, ਦੀਪਕ ਜਿਹੜਾ ਕਿ 22 ਸਾਲ ਦੀ ਉਮਰ ਉਹਨਾਂ ਦੀ ਦੱਸੀ ਜਾ ਰਹੀ ਹੈ, ਉਹਨਾਂ ਦੀ ਜ਼ਿੰਦਗੀ ਬਚੀ ਹੈ। ਫਿਲਹਾਲ ਦੋ ਲੋਕ ਹੋਰ ਲਾਪਤਾ ਦੱਸੇ ਜਾ ਰਹੇ ਨੇ, ਔਰ ਇਹ ਦਰਦਨਾਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਔਰ ਡਾਕਟਰ ਨੂੰ ਬਾਰ ਬਾਰ ਬੁਲਾਉਣਾ ਪੈ ਰਿਹਾ ਕਿਉਂਕਿ ਜ਼ਾਹਿਰ ਜੀ ਗੱਲ ਹੈ ਜਦੋਂ ਪਰਿਵਾਰ ਦੇ ਇੰਨੇ ਮੈਂਬਰ, ਹਾਲਾਂਕਿ ਇੱਥੇ 5 ਜਿਹੜੀ ਡੈਡ ਬਾਡੀਜ਼ ਨੇ, 3 ਡੈਡ ਬਾਡੀਜ਼ ਪਟੋਲੀਆ ਚ ਨੇ, ਉੱਥੇ ਵੀ ਯਾਨੀ ਕਿ 3 ਭੈਣਾਂ ਨੇ, 3 ਭੈਣਾਂ ਦਾ ਇਹ ਪਰਿਵਾਰ ਹੈ ਕਹਿ ਸਕਦੇ ਆ ਇੱਕ ਤਰੀਕੇ ਦੇ ਨਾਲ। ਕਹਿਣ ਨੂੰ ਬੜਾ ਔਖਾ ਲੱਗਦਾ ਔਰ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ, ਲੇਕਿਨ ਇਹ ਸੱਚਾਈ ਹੈ ਜਿਸ ਨੂੰ ਮੰਨਣਾ ਪਏਗਾ। 3 ਭੈਣਾਂ ਦਾ ਪਰਿਵਾਰ ਜਿਹੜਾ ਹੈ ਲਗਭਗ ਖਤਮ ਕਹਿ ਸਕਦੇ ਆ, ਕਿਉਂਕਿ ਮਾਂ ਬਾਪ ਨਹੀਂ ਰਹੇ, ਬੱਚੇ ਨਹੀਂ ਰਹੇ। ਹਾਲਾਂਕਿ ਜਿਹੜੀ ਬੇਟੀ ਹੈ ਉਹਨਾਂ ਦੇ ਹਸਬੈਂਡ ਬਹਿਰੀਨ ਦੱਸੇ ਜਾ ਰਹੇ ਵਿਦੇਸ਼ ਚ ਗਏ ਹੋਏ ਸੀ। ਹਾਂਜੀ, ਛੋਟੀ ਲੜਕੀ ਹੈ ਸਰੂਪ ਚੰਦ ਕੀ, ਜਿਹੜੇ ਲਾਪਤਾ ਉਨਕੀ ਬੇਟੀ। ਹੋਰ ਕੌਣ ਕੌਣ ਨੇ ਪਰਿਵਾਰ ਦੇ ਵਿੱਚ? ਪਰਿਵਾਰ ਚ ਕੋਈ ਵੀ ਇੱਕ ਬੱਚੇ, 2 ਬੱਚੇ ਬਸ, ਔਰ ਤਾਂ ਕੁਛ ਨਹੀਂ। ਅੱਛਾ, ਪਰਿਵਾਰ ਕਿਹੋ ਜਿਹਾ ਸੀ, ਕੀ ਕੰਮ ਕਰਦੇ? ਅੱਛਾ ਪਰਿਵਾਰ ਕੀ ਕੰਮ ਕਰਦੇ? ਕੋਈ ਸਟੀਲ ਦਾ ਕੰਮ ਕਰਦੇ, ਦਿਹਾੜੀ ਵਗੈਰਾ ਸਭ ਹੀ ਕਰਦੇ ਸੀ ਕੰਮ। ਅੱਛੇ ਗਾ, ਬੜੀਆ ਫੈਮਿਲੀ, ਬਹੁਤ ਅੱਛੀ ਫੈਮਿਲੀ ਸੀ, ਮਿਹਨਤ ਕਰਦੇ ਤੇ ਅੱਛੇ ਲੜਕੇ, ਐਜੂਕੇਟਡ ਬੱਚੇ ਸੀ ਉਹ। ਜਿਵੇਂ ਜੇਜੋਂ ਦੀ ਖੱਡ ਦਾ ਜ਼ਿਕਰ ਪਹਿਲਾਂ ਵੀ ਬਹੁਤ ਵਾਰ ਹੋਇਆ ਔਰ ਹਰ ਸਾਲ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਕਿ ਇੱਥੇ ਕਿਸ ਤਰੀਕੇ ਪਾਣੀ ਦਾ ਫਲੋ ਜਿਹੜਾ ਆਉਂਦਾ ਜਦੋਂ ਉਨਾ ਸਾਈਡ ਤੋਂ, ਤਾਂ ਉੱਥੇ ਖੱਡ ਆਉਂਦੀ ਹੈ ਉਹ। ਤੈਨੂੰ ਲੱਗਦਾ ਕਿ ਪ੍ਰਸ਼ਾਸਨ ਸ਼ਾਇਦ ਇਹੋ ਜਿਹੇ ਜਿਹੜੇ ਕਹਿ ਲਓ ਇਹੋ ਜਿਹੇ ਸਬਕ ਜਿਹੜੇ ਮਿਲਣ ਤੋਂ ਬਾਅਦ ਹੀ ਸ਼ਾਇਦ ਜਾਗਦਾ?
ਉਸ ਤੋਂ ਕੱਲ ਵੀ ਬੜੀਆਂ ਉੱਥੇ ਦਾਅਵੇਦਾਰੀਆਂ ਉਹਨਾਂ ਦੀਆਂ ਹੋ ਰਹੀਆਂ ਸੀ, ਕਾਫੀ ਕਾਫੀ MLA ਵਗੈਰਾ ਵੀ ਆ ਰਹੇ ਸੀ, ਸਾਰੇ ਲੋਕਾਂ ਨੇ ਇਹੀ ਕਿਹਾ ਵੀ ਇਹਨਾਂ ਨੂੰ ਬਾਰ ਬਾਰ ਅਸੀਂ ਬੋਲੇ ਜਹਾਂ ਪੇ ਇੱਕ ਨਾ ਕੋਈ ਪੁਲ ਵਗੈਰਾ ਡਾਲ ਦੋ ਕੋਈ, ਤੋ ਵੋ ਬੋਲਤੇ ਹਮਨੇ ਟਿਊਬਵੈਲ ਲਗਾ ਦੀਆ ਜਹਾਂ ਪੇ ਜੇ ਕਰ ਦੀਆ ਵੋ ਕਰ ਦੀਆ, ਐਸੇ ਐਸੇ ਵੋ ਗਿਣਾ ਰਹੇ ਥੇ, ਅਭੀ ਵੀ ਬੋਲਤੇ ਹਮ ਜਹਾਂ ਪੇ ਚੈੱਕ ਚੈੱਕ ਜਾਨਾ ਚਲੀ ਗਈਆਂ ਤਾਂ ਇਸ ਤੋਂ ਬਾਅਦ ਤਾਂ ਅਭੀ ਦੇਖੋ ਅਬ ਕਰਦੇ ਤੋ ਹਮਾਰੇ ਲਈ ਤੋ ਕਿਆ ਹੋਗਾ, ਜਬ ਹਮਾਰੇ ਤੋ ਇਤਨੇ ਬੰਦੇ ਚਲੇ ਗਏ, ਅਬ ਵੋ ਕਰ ਵੀ ਦੇਂਗੇ ਤੋ ਕਿਆ ਪਤਾ ਕਰੇਂਗੇ ਵੀ ਕੀ ਨਹੀਂ ਕਰੇਂਗੇ, ਜੇ ਕੋਈ ਗਰੰਟੀ ਨਹੀਂ ਹੋਗੀ। ਕੀ ਕਹਿਣਾ ਚਾਹੋਗੇ ਤੁਸੀਂ ਵੀ ਪ੍ਰਸ਼ਾਸਨ ਨੂੰ, ਹਾਲਾਂਕਿ ਪੰਜਾਬ ਚ ਏਰੀਆ ਪੈਂਦਾ? ਸੋ ਹਾਂਜੀ ਠੀਕ ਹੈ ਜੀ, ਪੁਲ ਕੀ ਡਿਮਾਂਡ ਰੱਖੀ ਨਹੀਂ ਹੈ, ਕਹਿੰਦਾ ਹਮਾਰੇ ਪਾਸ MLA ਕਾ ਕਹਿਣਾ ਥਾ ਨਾ ਜੀ, MLA ਕੱਲ ਬੋਲ ਰਹੇ ਥੇ ਨਾ ਵੋ, ਕਹਿੰਦੇ ਹਮੇ ਕਿਸੀ ਕੀ ਪੁਲ ਕੀ ਡਿਮਾਂਡ ਰੱਖੀ ਨਹੀਂ, ਇਸਲਈ ਹਮਨੇ ਪੁਲ ਨਹੀਂ ਬਣਾਇਆ। ਹਾਂ MLA ਬੋਲ ਰਹੇ ਥੇ ਕੱਲ, ਜੇ ਕੋਈ ਬਾਤ ਹੋ ਸਭੀ ਕੋ ਪਤਾ ਕਿ ਵਹਾਂ ਪੁਲ ਬਣਨਾ ਚਾਹੀਏ, ਚੈੱਕ ਪੋਸਟ ਪੁਲਿਸ ਕੀ ਬਣਨੀ ਚਾਹੀਏ, ਕਿਸ ਪੁਲਿਸ ਵਾਲੇ ਨੇ ਗਾਡੀ ਰੋਕੀ ਨਾ ਵੋ ਸਿਵਲ ਵਰਦੀ ਮੇ ਥਾ, ਉਨਕੋ ਨਹੀਂ ਪਤਾ ਕਿ ਪੁਲਿਸ ਵਾਲਾ ਹੈ, ਉਸਨੇ ਗਾਡੀ ਆ ਕੇ ਲੈ ਗਿਆ, ਪਾਣੀ ਕੇ ਬਹਾਵ ਕੀ ਵਜ੍ਹਾ ਸੇ ਗਾਡੀ ਬਹਿ ਗਈ। ਹਾਂਜੀ ਪੁਲਿਸ ਵਾਲੇ ਨੇ ਰੋਕਣ ਦੀ ਕੋਸ਼ਿਸ਼ ਕੀ ਸੀ? ਹਾਂਜੀ ਅਗਲੇ ਪਾਸੇ ਸਿਵਲ ਵਰਦੀ ਮੇ ਤਾਂ ਉਸੇ ਪਤਾ ਨਹੀਂ ਲੱਗੀ ਜੇ ਪੁਲਿਸ ਵਾਲਾ ਹੈ, ਸਿਵਲ ਵਰਦੀ ਮੇ ਤਾਂ। ਹਾਂਜੀ ਹਾਂਜੀ ਅੱਛਾ, ਡਰਾਈਵਰ ਜਿਹੜੇ ਸੀ ਉਹ ਤੁਹਾਡੇ ਅੱਗੇ ਰਿਸ਼ਤੇ ਦੋਸਤ ਸੀ ਉਹ? ਹਾਂਜੀ ਹਾਂਜੀ ਹਾਂਜੀ। ਸੋ ਵਿਸ਼ਾਖਾ ਤੁਸੀਂ ਦੇਖਿਆ ਪਿੰਡ ਦੇ ਜਿਹੜੇ ਲੋਕ ਨੇ ਆਸ ਪਾਸ ਖੜੇ ਨੇ, ਕਿਉਂਕਿ ਪਰਿਵਾਰ ਦੇ ਵਿੱਚ ਤਾਂ ਕੋਈ ਅੱਛਾ ਤੁਹਾਡੇ ਪਰਿਵਾਰਕ ਪਰਿਵਾਰਕ ਤੁਹਾਡੇ ਪਿੰਡ ਦੇ ਹੀ ਪਿੰਡ ਦੇ ਪਰਿਵਾਰਕ ਮੈਂਬਰਾਂ ਨਾਲ ਕਿਵੇਂ ਦੇ ਕੀ ਰਿਸ਼ਤਾ ਸੀ ਪਰਿਵਾਰ ਚਾਚੇ ਚਾਚੇ ਦੇ ਵਿਹੜੇ ਮੇ? ਹਾਂਜੀ ਵਿਸ਼ਾਖਾ ਵਾਕਈ ਬੇਹੱਦ ਦੁੱਖ ਹੋ ਰਿਹਾ ਜਾਣ ਕੇ, ਕਿਉਂਕਿ ਪਰਿਵਾਰ ਦੇ ਵਿੱਚ ਵੀ ਫਿਲਹਾਲ ਨਾ ਤਾਂ ਕੋਈ ਗੱਲ ਕਰਨ ਦੇ ਲਈ ਬਚਿਆ, ਔਰ ਤਸਵੀਰਾਂ ਇੰਨੀਆਂ ਕਹਿ ਲਓ ਕਿ ਮਨ ਨੂੰ ਝੰਜੋੜਨ ਵਾਲੀਆਂ ਨੇ ਕਿ ਬਹੁਤ ਮੁਸ਼ਕਿਲ ਹੋ ਰਿਹਾ ਕਿਸੇ ਨਾਲ ਗੱਲਬਾਤ ਕਰਨਾ ਵੀ, ਕਿਉਂਕਿ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸ਼ਬਦ ਇਸ ਵਾਸਤੇ ਖਤਮ ਹੋ ਜਾਂਦੇ ਨੇ ਕਿਉਂਕਿ ਅਗਰ ਪੁੱਛਣਾ ਹੋਵੇ ਜਾਂ ਕਹਿ ਲਓ ਕਿ ਪਰਿਵਾਰ ਬਾਰੇ ਪੁੱਛਣਾ ਹੋਵੇ ਤਾਂ ਪੁੱਛਣਾ ਵੀ ਕੀ ਹੈ, ਸਵਾਲ ਵੀ ਕੀ ਨੇ, ਕਿਉਂਕਿ ਪਰਿਵਾਰ ਖਤਮ ਹੋ ਚੁੱਕਾ, ਪੁੱਛਣ ਨੂੰ ਵੀ ਜ਼ਿਆਦਾ ਗੱਲਾਂ ਨਹੀਂ ਬਚੀਆਂ। ਹਾਲਾਂਕਿ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਹੁਤ ਹੀ ਸਾਊ ਪਰਿਵਾਰ ਸੀ ਔਰ ਮਿਲਣਸਾਰ ਪਰਿਵਾਰ ਸੀ, ਲੇਕਿਨ ਜਿਹੜਾ ਦਰਦ ਉਹਨਾਂ ਬੱਚਿਆਂ ਦੇ ਚਿਹਰਿਆਂ ਤੇ ਉਹਨਾਂ ਬੱਚਿਆਂ ਦੇ ਮਨ ਤੇ ਪਿਆ ਹੋਏਗਾ ਉਹ ਸਾਡੇ ਵਾਸਤੇ ਸ਼ਬਦਾਂ ਦੇ ਵਿੱਚ ਦੱਸਣਾ ਬੇਹੱਦ ਮੁਸ਼ਕਿਲ ਹੈ। ਔਰ ਹਾਲਾਂਕਿ ਉਹਨਾਂ ਦੀ ਜਿਹੜੀ ਛੋਟੀ ਬੇਟੀ ਹੈ ਫਿਲਹਾਲ ਹੁਣੇ ਪਹੁੰਚੀ ਹੈ, ਔਰ ਦੂਸਰੇ ਪਾਸੇ ਤੁਸੀਂ ਉਹ ਤਸਵੀਰਾਂ ਦੇਖ ਸਕਦੇ ਕਿਵੇਂ ਡੈਡ ਬੋਡੀਜ਼ ਦੇ ਕੋਲ ਖੜ ਕੇ ਉਹਨਾਂ ਨੂੰ ਨਿਹਾਰ ਕੇ ਉਹਨਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਹੋ ਰਹੀ ਹੈ, ਔਰ ਦਰਦ ਜਿਹੜਾ ਹੈ ਝਲਕ ਰਿਹਾ ਹੈ ਉਹਨਾਂ ਦਾ। ਔਰ ਜ਼ਾਹਿਰ ਜੀ ਗੱਲ ਹੈ ਜਦੋਂ ਪਰਿਵਾਰ ਦੇ ਹੱਸਦਾ ਖੇਡਦਾ ਪਰਿਵਾਰ, ਕਿਉਂਕਿ ਵਿਆਹ ਦੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਜਾ ਰਹੇ ਸੀ, ਨਹੀਂ ਸੀ ਪਤਾ ਕਿ ਖੁਸ਼ੀਆਂ ਦਾ ਇਹ ਮੌਕਾ ਇਸ ਤਰ੍ਹਾਂ ਗਮ ਦੇ ਵਿੱਚ ਬਦਲ ਜਾਏਗਾ। ਖੁਸ਼ੀਆਂ ਦੇ ਮੌਕੇ ਇਸ ਤਰੀਕੇ ਪਰਿਵਾਰ ਇਕੱਠੇ ਹੁੰਦੇ ਨੇ, ਭੈਣਾਂ ਇਕੱਠੀਆਂ ਹੋਈਆਂ ਸੀ, ਪਰਿਵਾਰ ਸਾਰਾ ਇਕੱਠਾ ਹੋਇਆ ਸੀ ਔਰ ਖੁਸ਼ੀ ਚ ਸ਼ਾਮਿਲ ਹੋਣ ਵਾਸਤੇ ਜਾ ਰਹੇ ਸੀ, ਲੇਕਿਨ ਸ਼ਾਇਦ ਉਹ ਖੁਸ਼ੀਆਂ ਜ਼ਿਆਦਾ ਦੇਰ ਦੀਆਂ ਨਹੀਂ ਸੀ ਔਰ ਜੇ ਜੋ ਉਸ ਖੱਡ ਦੇ ਵਿੱਚ ਆ ਕੇ ਉਹ ਖੁਸ਼ੀਆਂ ਖਤਮ ਹੋ ਗਈਆਂ ਔਰ ਇਕਦਮ ਗਮ ਚ ਤਬਦੀਲ ਹੋ ਗਈਆਂ। ਔਰ ਦੱਸਿਆ ਜਾ ਰਿਹਾ ਜਿਹੜੀਆਂ ਬੱਚੀਆਂ ਨੇ ਤੁਸੀਂ ਤਸਵੀਰਾਂ ਚ ਵੀ ਦੇਖ ਪਾ ਰਹੇ ਹੋ ਕੁਰਲਾ ਰਹੀਆਂ ਨੇ, ਵਾਰ ਵਾਰ ਬੁਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਲੇਕਿਨ ਇਹ ਸੱਚਾਈ ਹੈ ਕਿ ਦੁਨੀਆਂ ਤੋਂ ਰੁਖਸਤ ਹੋ ਗਏ ਇਨਸਾਨ ਕਦੀ ਨਹੀਂ ਬੋਲਦੇ, ਉਹਨਾਂ ਨੂੰ ਅਸੀਂ ਸਿਰਫ ਆਪਣੀਆਂ ਯਾਦਾਂ ਚ ਮਹਿਸੂਸ ਕਰ ਸਕਦੇ ਹਾਂ। ਇਸ ਵਕਤ ਤਾਂ ਉਹਨਾਂ ਨਾਲ ਗੱਲ ਕਰਨੀ ਜਿਹੜੀ ਹੈ ਨਾ ਤਾਂ ਸੰਭਵ ਹੀ ਹੈ, ਨਾ ਹੀ ਅਸੀਂ ਭਰੇ ਮਨ ਦੇ ਨਾਲ ਉਹਨਾਂ ਨਾਲ ਗੱਲ ਕਰ ਵੀ ਨਹੀਂ ਸਕਦੇ, ਕਿਉਂਕਿ ਇਸ ਵਕਤ ਉਸ ਹਾਲਾਤ ਦੇ ਵਿੱਚ ਨਹੀਂ ਨੇ ਕਿ ਅਸੀਂ ਉਹਨਾਂ ਦੇ ਮਨਾਂ ਦੇ ਦੁੱਖਾਂ ਨੂੰ ਕੁਰੇਦੀਏ, ਕਿਉਂਕਿ ਇਹ ਸਮਾਂ ਨਹੀਂ ਹੈ, ਕਿਉਂਕਿ ਕਈ ਵਾਰ ਪਰਿਵਾਰ ਦੀਆਂ ਚੰਗੀਆਂ ਕਹਿ ਲਓ ਯਾਦਾਂ ਸਾਂਝੀਆਂ ਹੁੰਦੀਆਂ ਨੇ, ਲੇਕਿਨ ਸ਼ਾਇਦ ਇਹ ਟੁਕਵਾਂ ਸਮਾਂ ਨਹੀਂ ਹੈ, ਅਸੀਂ ਉਹਨਾਂ ਨਾਲ ਇਸ ਵਕਤ ਗੱਲ ਨਹੀਂ ਕਰ ਸਕਦੇ, ਲੇਕਿਨ ਫਿਲਹਾਲ ਅਸੀਂ ਦਰਸ਼ਕਾਂ ਨੂੰ ਇਹ ਤਸਵੀਰਾਂ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਤਕਰੀਬਨ ਦੇਖ ਰਹੇ ਹਾਂ ਉਦੋਂ ਤੋਂ ਹੀ ਜਦੋਂ ਤੋਂ ਇਹ ਤਸਵੀਰ ਸਾਹਮਣੇ ਆਈ ਸੀ, ਪਹਿਲੀ ਤਸਵੀਰ ਸਾਹਮਣੇ ਆਈ ਸੀ ਕਿ
ਨੋਵਾ ਗੱਡੀ ਦੇ ਵਿੱਚ ਪਰਿਵਾਰ ਦੇ 12 ਮੈਂਬਰ ਸ਼ਾਮਿਲ ਸੀ ਔਰ 9 ਦੀ ਮੌਤ ਹੋ ਗਈ ਹੈ। ਇੱਕ ਬੱਚਾ ਜਿਹੜਾ ਹੈ 20 ਸਾਲ ਦਾ ਉਸ ਨੂੰ ਬਚਾਇਆ ਜਾ ਸਕਿਆ ਔਰ 2 ਹਲੇ ਵੀ ਲਾਪਤਾ ਨੇ। ਸੋਚਣ ਵਾਲੀ ਗੱਲ ਇਹ ਹੈ ਵਿਸ਼ਾਖਾ ਇੱਥੇ ਕਿ ਜਿਹੜੇ ਦੁਨੀਆਂ ਤੋਂ ਰੁਖਸਤ ਹੋ ਗਏ, ਜਿਹੜੇ ਦੁਨੀਆਂ ਤੋਂ ਚਲੇ ਗਏ, ਜਿਨ੍ਹਾਂ ਦੀ ਮੌਤ ਹੋ ਗਈ, ਮੌਤ ਹੋਣ ਤੋਂ ਬਾਅਦ ਉਹਨਾਂ ਨੂੰ ਜਦੋਂ ਪਰਿਵਾਰ ਦੇ ਮੈਂਬਰ ਦੇਖ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਇੱਕ ਸਬਰ ਜ਼ਰੂਰ ਆ ਜਾਂਦਾ, ਲੇਕਿਨ ਜਦੋਂ ਲਾਪਤਾ ਹੁੰਦੇ ਨੇ ਤਾਂ ਇੱਕ ਉਮੀਦ ਹੁੰਦੀ ਹੈ। ਹਾਲਾਂਕਿ ਕਾਫੀ ਲੰਬਾ ਟਾਈਮ ਹੋ ਗਿਆ, ਕਾਫੀ ਘੰਟੇ ਬੀਤ ਚੁੱਕੇ ਨੇ, ਉਸ ਤੋਂ ਬਾਅਦ ਸਰਚ ਆਪਰੇਸ਼ਨ ਜਾਰੀ ਹੈ ਔਰ ਅਜਿਹੇ ਦੇ ਵਿੱਚ ਜਦੋਂ ਲਾਸ਼ਾਂ ਲੱਭੀਆਂ ਜਾਂਦੀਆਂ ਨੇ ਤਾਂ ਇੱਕ ਪਰਿਵਾਰ ਦੇ ਮੈਂਬਰ ਮੰਨਣ ਨੂੰ ਜਿਹੜੇ ਨੇ ਉਹ ਨਹੀਂ ਮੰਨਦੇ, ਉਹ ਕਿ ਉਹ ਉਸ ਦੁਨੀਆਂ ਤੇ ਨਹੀਂ ਰਹੇ ਹੋਣਗੇ। ਇੱਕ ਉਮੀਦ ਉਹਨਾਂ ਦੇ ਅੰਦਰ ਹੁੰਦੀ ਹੈ, ਇੱਕ ਆਸ ਹੁੰਦੀ ਹੈ ਪਰਮਾਤਮਾ ਤੇ, ਭਰੋਸਾ ਉਹਨਾਂ ਨੂੰ ਹੁੰਦਾ ਔਰ ਉਹ ਨਹੀਂ ਮੰਨਦੇ ਇਸ ਚੀਜ਼ ਨੂੰ। ਲੇਕਿਨ ਜ਼ਾਹਿਰ ਜੀ ਗੱਲ ਹੈ ਕਾਫੀ ਲੰਬਾ ਸਮਾਂ ਹੋ ਗਿਆ, ਬਾਡੀਜ਼ ਹਲੇ ਤੱਕ ਨਹੀਂ ਮਿਲੀ। ਹਾਲਾਂਕਿ ਜਦੋਂ ਤੱਕ ਬਾਡੀਜ਼ ਬਰਾਮਦ ਨਹੀਂ ਹੁੰਦੀਆਂ ਉਦੋਂ ਤੱਕ ਕੁਛ ਵੀ ਕਹਿਣਾ ਮੁਮਕਿਨ ਨਹੀਂ ਹੈ। ਲੇਕਿਨ ਇਹ ਸਭ ਨੂੰ ਪਤਾ ਹੁੰਦਾ ਹੈ ਕਿ ਇੰਨੇ ਪਾਣੀ ਦੇ ਫਲੋਰ ਦੇ ਵਿੱਚ ਜਿੱਥੇ ਬਾਕੀ ਜਿਹੜੇ ਮੈਂਬਰਸ ਨੇ ਨਹੀਂ ਬਚਾ ਸਕੇ, ਸਰਚ ਆਪਰੇਸ਼ਨ ਤੋਂ ਬਾਅਦ ਬਾਡੀਜ਼ ਨੂੰ ਬਾਹਰ ਕੱਢਿਆ ਗਿਆ, ਲੇਕਿਨ ਹਲੇ ਉਸ ਪਰਿਵਾਰ ਦੇ ਉੱਤੇ ਉਹਨਾਂ ਬੱਚਿਆਂ ਦੇ ਉੱਤੇ ਕੀ ਬੀਤਰੀ ਹੋਏਗੀ, ਜਿਨ੍ਹਾਂ ਦੇ ਹਲੇ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੀਆਂ ਉਹ 2 ਲਾਸ਼ਾਂ ਹਲੇ ਤੱਕ ਨਹੀਂ ਮਿਲ ਰਹੀਆਂ ਔਰ ਸਾਹਮਣੇ ਪਰਿਵਾਰ ਜਿਹੜਾ ਅੱਧੇ ਤੋਂ ਜ਼ਿਆਦਾ ਪਰਿਵਾਰ ਜਿਹੜਾ ਇਸ ਵਕਤ ਮੌਤ ਦੇ ਸਾਹਮਣੇ ਪਿਆ ਨਜ਼ਰ ਆ ਰਿਹਾ ਔਰ ਇਸ ਦੁਨੀਆਂ ਤੇ ਨਹੀਂ ਹੈ ਔਰ ਉਹਨਾਂ 2 ਮੈਂਬਰਾਂ ਬਾਰੇ ਸੋਚ ਕੇ ਜਿਹੜੇ ਹੋਰ ਪਰਿਵਾਰ ਦੇ ਮੈਂਬਰ ਨੇ ਉਹ ਬੱਚੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਵਿਆਹੀਆਂ ਨੇ, ਅੱਗੇ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦੇ ਨਾਲ ਪਹੁੰਚੇ ਹੋਏ ਨੇ, ਉਹਨਾਂ ਦੇ ਦਿਲਾਂ ਦੇ ਉੱਤੇ ਇਸ ਵਕਤ ਕੀ ਬੀਤਰੀ ਹੋਏਗੀ ਸ਼ਾਇਦ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਲੇਕਿਨ ਇਸ ਮੌਕੇ ਵਿਸ਼ਾਖਾ ਮੈਂ ਤੁਹਾਨੂੰ ਦੱਸ ਦਵਾਂ ਕਿ ਸਾਡੇ ਲਈ ਵੀ ਇਹੋ ਜਿਹੇ ਸਮੇਂ ਦੇ ਵਿੱਚ ਜਿਹੜੀ ਰਿਪੋਰਟਿੰਗ ਹੈ ਉਹ ਇਸ ਕਰਕੇ ਔਖੀ ਹੋ ਜਾਂਦੀ ਹੈ ਕਿਉਂਕਿ ਅਸੀਂ ਉਹ ਦਰਦ ਦੇਖ ਰਹੇ ਹਾਂ ਲੋਕਾਂ ਦਾ, ਪਰਿਵਾਰ ਦਾ, ਬੱਚਿਆਂ ਦਾ, ਪਿੰਡ ਵਾਲਿਆਂ ਦਾ, ਰਿਸ਼ਤੇਦਾਰਾਂ ਦਾ, ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਜਿਹੜੇ 5 ਪਰਿਵਾਰਕ ਮੈਂਬਰ ਨੇ ਇਸ ਦੁਨੀਆਂ ਤੇ ਨਹੀਂ ਨੇ ਔਰ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਇਸ ਮੰਜ਼ਰ ਨੂੰ ਦੇਖ ਰਹੇ ਨੇ ਜਿਹੜਾ ਕਿ ਕੋਈ ਨਹੀਂ ਦੇਖਣਾ ਚਾਹੁੰਦਾ ਔਰ ਜ਼ਾਹਿਰ ਜਿਹੀ ਗੱਲ ਹੈ ਕਿ ਇਹੋ ਜਿਹੇ ਮੌਕੇ ਤੇ ਸਾਨੂੰ ਬੜਾ ਔਖਾ ਲੱਗਦਾ, ਕਈ ਵਾਰ ਰਿਪੋਰਟਿੰਗ ਕਰਨੀ ਜਿਹੜੀ ਹੈ ਬੜੀ ਔਖੀ ਲੱਗਦੀ ਹੈ ਔਰ ਬਾਕੀ ਸ਼ਬਦ ਜਿਹੜੇ ਹੈ ਖਤਮ ਹੋ ਜਾਂਦੇ ਔਰ ਨਹੀਂ ਦੱਸ ਸਕਦੇ ਕਿ ਕਿੰਨਾ ਦੁੱਖ ਹੁੰਦਾ ਹੈ ਪਰਿਵਾਰਕ ਮੈਂਬਰ ਨੂੰ ਅਜਿਹੇ ਕਲਪਦੇ ਹੋਏ ਦੇਖਦੇ ਹਾਂ ਜਦੋਂ ਪਰਿਵਾਰਕ ਮੈਂਬਰ ਰੋਂਦੇ ਨੇ ਔਰ ਭਾਵੇਂ ਪਿੱਛੇ ਦੀ ਕਹਾਣੀ ਇਹ ਹੈ ਕਿ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਉੱਥੇ ਜਿਹੜੇ ਮੌਜੂਦ ਸੀ ਪੁਲਿਸ ਅਧਿਕਾਰੀ ਸਿਵਲ ਡਰੈਸ ਦੇ ਵਿੱਚ ਸੀ, ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਵੇਂ ਅਸੀਂ ਕਹਾਵਤਾਂ 'ਚ ਵੀ ਸੁਣਦੇ ਹਾਂ ਕਿ ਜਦੋਂ ਮੌਤ ਆਉਂਦੀ ਹੈ ਤਾਂ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ, ਪਿੱਛੋਂ 2 ਗੱਡੀਆਂ 'ਚ ਆ ਰਹੇ ਸੀ।